पूरे पंजाब दे विच हाड़ आया, उत्थे भी सियासतदान जिहड़े कि ग्राउंड जीरो दे उपर जाके जिहड़ी सार लैंदे पए ने पिंडां दी, क्योंकि अज वक्खरे वक्खरे सुखबीर बादल वल्लों वक्खरी जगह दे उपर जाके दौरा कीता गया, पर उत्थे ही देख सकते हो कि लोगों ने गलबात भी की जा रही। गलबात करने असीं जरूर कोशिश करांगे, मोटरसाइकिल ते चल के उन्हां दे वल्लों दौरा कीता गया वा, गलबात करांगे क्योंकि सियासत काफ़ी भगदी ने। सुखबीर जी की कहना चाहोगे कि मोटरसाइकिल दे उपर तुसीं दौरा करदे इत्थे अजवां जिथे बंद टुटिया सी उस पिंड है जमा रिमोट है शाहकोट के हल्के च, इत्थे हले तक कोई सहायता नहीं आई। मैं जे मेरे राही कोई डीसी साहब सुन रहे है, इत्थे बिजली बंद है काफी दिनों दी, इत्थे मच्छर बहुत है, जहां मच्छर वाली मशीना भेज के वो स्प्रे करना इत्थे ते बिजली का इंतजाम जरूर करने। मान साहब अज राउंड करके गए ने, कहते सियासत ना करना, कहते सियासत बहुत होनी चाहिए। कोई सियासत नहीं, ਮਿਆਨ ਸਾਹਿਬ ਨੂੰ ਅਸੀਂ ਸਾਰੇ ਜਗਾਉਣ ਹੀ ਆਏ ਹਾਂ, ਸੁੱਤੇ ਪਏ ਸੀ। ਪਰ ਕਿੱਦਾਂ ਤਾਂ ਤੁਸੀਂ ਪਿੰਡਾਂ ਦੇ ਵਿੱਚ ਪਹੁੰਚ ਰਹੇ ਹੋ, ਕਿੱਦਾਂ ਦਾ ਲੋਕਾਂ ਦੇ? ਬਹੁਤ ਬਹੁਤ ਬੁਰਾ ਹਾਲ ਹੈ ਵਿਚਾਰਿਆਂ ਦਾ, ਬਹੁਤ ਬੁਰਾ ਹਾਲ ਹੈ। ਕੀ ਕਰ ਰਹੇ ਹੋ ਯਾਰ? ਯਾਰ ਅੱਗੇ ਆ ਜਾ, ਕਿੱਦਾਂ ਦਾ ਹਾਲ ਹੈ ਲੋਕਾਂ ਦਾ? ਬਹੁਤ ਬੁਰਾ ਹਾਲ ਹੈ, ਤੇ ਸਰਕਾਰ ਨੂੰ ਥੋੜਾ ਹੋਰ ਨਿਕਲਣਾ ਚਾਹੀਦਾ, ਗਰਾਊਂਡ ਜ਼ੀਰੋ ਦੇ ਉੱਪਰ ਨਿਕਲਣਾ ਚਾਹੀਦਾ ਜੀ, ਨਿਕਲਣਾ ਚਾਹੀਦਾ, ਕੋਈ ਹੈ ਨਹੀਂ। ਬੰਨ ਦੀ ਜਿਹੜੀ ਕਮੀ ਆ, ਮਾਨ ਸਾਹਿਬ ਕਹਿੰਦੇ ਕਿ ਪਾਣੀ ਨਹੀਂ ਹੋਊਗਾ, ਬੰਨ ਹੀ ਕੋਈ ਟੁੱਟੂਗਾ, ਹੁਣ ਬੰਨ ਲਗਾਤਾਰ ਟੁੱਟਦੇ ਨਜ਼ਰ ਆ ਰਹੇ। ਉਹਨਾਂ ਨੂੰ ਮੈਂ ਮਾਨ ਸਾਹਿਬ ਨੂੰ ਇੱਕੋ ਅਪੀਲ ਕਰਦਾ, ਜਿਹੜੇ 700 ਕਰੋੜ ਇਸ਼ਤਿਹਾਰਾਂ 'ਤੇ ਲਾਉਂਦੇ ਨਾ ਜੀ ਜੀ, ਉਹ ਬੰਦ ਕਰ ਦੇਣ, ਉਹਨੇ ਜੇ ਬੰਦ ਬਣ ਜਾਣਗੇ ਜਾਨਾਂ ਬਚ ਜਾਣੀਆਂ। ਬਿਲਕੁਲ ਜੀ, ਅੱਜ ਗਰਾਊਂਡ ਜ਼ੀਰੋ ਦੇ ਉੱਪਰ ਸ਼੍ਰੋਮਣੀ ਅਕਾਲੀ ਦੇ ਸੀਨੀਅਰ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਮੋਟਰਸਾਈਕਲ ਦੇ ਉੱਪਰ ਦੌਰਾ ਕਰਦੇ ਨਜ਼ਰ ਆਏ ਆ, ਅਤੇ ਉੱਥੇ ਹੀ ਉਹਨਾਂ ਦੇ ਵੱਲੋਂ ਵੀ ਕਿਹਾ ਕਿ ਸਿਆਸਤ ਬਹੁਤ ਹੋ ਰਹੀ ਹੈ, ਇਸ ਕਰਕੇ ਲੋਕਾਂ ਦੀ ਸਾਰ ਲੈਣੀ ਬਹੁਤ ਜ਼ਰੂਰੀ ਆ, ਅਤੇ ਅੱਜ ਸੁਖਬੀਰ ਬਾਦਲ ਦੇ ਵੱਲੋਂ ਅਲੱਗ ਅਲੱਗ ਪਿੰਡਾਂ 'ਚ ਜਾ ਕੇ ਲੋਕਾਂ ਦੀ ਸਾਰ ਲਿੱਤੀ ਜਾ ਰਹੀ ਆ। ਲਿਵਿੰਗ ਇੰਡੀਆ ਦੇ ਉੱਪਰ ਵੱਡਾ ਬਿਆਨ ਦਿੱਤਾ ਕਿ ਇਸ਼ਤਿਹਾਰ ਬੰਦ ਕਰਕੇ ਲੋਕਾਂ ਦੀਆਂ ਜੋ ਮੁਸ਼ਕਲਾਂ ਨੇ ਉਹ ਸੁਣਨੀਆਂ ਚਾਹੀਦੀਆਂ ਨੇ ਮਾਨ ਸਾਹਿਬ ਨੂੰ। ਕੈਮਰਾਮੈਨ ਮਨੋਜ ਦੇ ਨਾਲ ਮਨਜਿੰਦਰ ਸਿੰਘ, ਲਿਵਿੰਗ ਇੰਡੀਆ ਨਿਊਜ਼, ਸ਼ਾਹਕੋਟ ਪਿੰਡ।